ਤੁਸੀਂ ਦੇਖ ਰਹੇ P24 ਨਿਊਜ਼, ਮੈਂ ਹਾਂ ਅਜੇ ਅਤੇ ਮੈਕ ਆਟੋ ਲੁਧਿਆਣਾ ਸਾਹਨੇਵਾਲ ਵਿਖੇ ਜਿਹੜੀ ਪ੍ਰਦਰਸ਼ਨੀ ਲੱਗੀ ਹੈ ਉਹਦੇ ਵਿੱਚ ਹੈਗਾ ਮੇਰੇ ਸਾਹਮਣੇ ਆਟੋਮੇਸ਼ਨ ਸਿਸਟਮ, ਮੇਰੇ ਨਾਲ ਮੌਜੂਦ ਨੇ ਅਜੇ ਨੈਬ ਜੀ। ਅਜੇ ਜੀ, ਕਿਸ ਤਰ੍ਹਾਂ ਦੇਖਦੇ ਹੋਗੇ ਉਹ ਐਗਜੀਬਿਸ਼ਨ ਦੇ ਵਿੱਚ ਜਦੋਂ ਆਪਾਂ ਆਪਣੇ ਸਟਾਲ ਲਗਾ ਰਹੇ ਹਾਂ, ਵਿਜ਼ਿਟਰ ਦਾ ਕੀ ਰਿਸਪੋਂਸ ਰਹਿੰਦਾ ਅਤੇ ਆਪਣੇ ਕੋਲ ਪ੍ਰੋਡਕਟ ਕੀ ਹੈਗਾ? ਬੇਸਿਕਲੀ ਅਸੀਂ ਇੰਡਸਟਰੀਅਲ ਆਟੋਮੇਸ਼ਨ, ਹੋਮ ਆਟੋਮੇਸ਼ਨ ਔਰ ਬਿਲਡਿੰਗ ਆਟੋਮੇਸ਼ਨ ਵਿੱਚ ਡੀਲ ਕਰਦੇ ਹਾਂ। ਇਲੈਕਟ੍ਰੀਕਲ ਫੀਲਡ ਵਿੱਚ ਅਸੀਂ ਟੋਟਲ ਟਰਨਕੀ ਸੋਲੂਸ਼ਨ ਪ੍ਰੋਵਾਈਡ ਕਰਦੇ ਹਾਂ। ਈਵਨ ਇਲੈਕਟ੍ਰੀਕਲ ਕੰਟਰੋਲ ਐਂਡ ਡਿਸਟ੍ਰੀਬਿਊਸ਼ਨ ਪੈਨਲ ਵੀ ਬਣਾਉਂਦੇ ਹਾਂ, ਸਾਡੀ ਆਪਣੀ ਮੈਨੂਫੈਕਚਰਿੰਗ ਯੂਨਿਟ ਵੀ ਹੈ ਭਗਵਾਨਪੁਰਾ ਏਰੀਆ 'ਚ, ਔਰ ਸਾਡਾ ਸ਼ੋਰੂਮ ਹੈ ਗੈਸਪੁਰਾ ਔਰ ਹੈੱਡ ਆਫਿਸ ਦੁਗਰੀ ਰੋਡ 'ਤੇ। ਸਾਡੀ ਆਲ ਓਵਰ ਇੰਡੀਆ 6 ਬ੍ਰਾਂਚਿਜ਼ ਹੈ, ਸਾਊਥ ਵਿੱਚ ਵੀ 3 ਬ੍ਰਾਂਚਿਜ਼ ਹੈ, ਕੋਇੰਬਤੂਰ, ਹੈਦਰਾਬਾਦ ਔਰ ਬੈਂਗਲੋਰ। ਇਹ ਜਿਹੜਾ ਆਟੋਮੇਸ਼ਨ ਸਿਸਟਮ ਹੈਗਾ, ਜ਼ਿਆਦਾਤਰ ਯੂਜ਼ ਕਿੱਥੇ ਹੁੰਦਾ ਹੈਗਾ? ਇਹ ਇੰਡਸਟਰੀ 'ਚ ਵੀ ਹੁੰਦਾ, ਹੋਮ ਘਰਾਂ 'ਚ ਵੀ ਹੁੰਦਾ ਔਰ ਬਿਲਡਿੰਗਸ ਦੇ ਵਿੱਚ। ਘਰਾਂ 'ਚ ਵੀ ਆਟੋਮੇਸ਼ਨ ਅੱਜ ਕੱਲ੍ਹ ਕਾਫੀ ਮਤਲਬ ਉਹਦਾ ਟ੍ਰੈਂਡ ਹੈਗਾ, ਅਤੇ ਸਾਰਾ ਕੁਝ ਘਰਾਂ ਦਾ ਤੁਸੀਂ ਮੋਬਾਈਲ 'ਤੇ ਕੰਟਰੋਲ ਕਰ ਸਕਦੇ ਹੋ। ਲੋਕ ਕਰਟਨਸ, ਲਾਈਟਿੰਗ ਦੇ ਸੀਨ ਬਣਾ ਸਕਦੇ ਹੈ। ਇਸ ਤਰ੍ਹਾਂ ਹੀ ਇੰਡਸਟਰੀ ਦੇ ਵਿੱਚ ਕੋਈ ਪ੍ਰੋਸੈਸ ਨੂੰ ਆਟੋਮੇਟ ਕਰਨਾ ਜਾਂ ਕੋਈ ਮਸ਼ੀਨ ਨੂੰ ਆਟੋਮੇਸ਼ਨ ਕਰਨਾ, ਫੋਰ ਇਗਜ਼ਾਮਪਲ ਕੋਈ ਲਿਫਟ ਹੀ ਹੈ ਬਿਲਡਿੰਗਸ ਦੇ ਵਿੱਚ, ਬਿਲਡਿੰਗ ਆਟੋਮੇਸ਼ਨ ਵਿੱਚ ਲਿਫਟ ਹੋ ਗਈ ਔਰ ਅਦਰਵਾਈਜ਼ ਅਸੈਸ ਕੰਟਰੋਲ ਹੋ ਗਿਆ, CCTV ਕੈਮਰਾਜ਼ ਵਗੈਰਾ ਹੋ ਗਏ, ਸਾਰੇ ਇੰਟੀਗ੍ਰੇਟ ਕਰਕੇ ਇੱਕ ਬਿਲਡਿੰਗ ਮੈਨੇਜਮੈਂਟ ਸੋਲੂਸ਼ਨ ਪ੍ਰੋਵਾਈਡ ਕਰਦੇ ਹਾਂ। ਸੋ ਸਭ ਕੁਝ ਇੱਕ ਛੱਤ ਦੇ ਥੱਲੇ ਜਿਹੜਾ ਮਿਲੇਗਾ ਪ੍ਰੋਡਕਟ। ਆਟੋਮੇਸ਼ਨ ਸਿਸਟਮ ਦਾ ਮਤਲਬ ਹੈਗਾ ਵੀ ਤੁਸੀਂ ਆਪਣੀ ਫੈਕਟਰੀ ਜਾਂ ਘਰਾਂ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਇਲੈਕਟ੍ਰੋਨਿਕ ਕੰਟਰੋਲ ਸਿਸਟਮ ਲਗਾਉਂਦੇ ਹੋ, ਜਿਹਨੂੰ ਤੁਸੀਂ ਰਿਮੋਟ ਕੰਟਰੋਲ ਦੇ ਨਾਲ ਵੀ ਕੰਟਰੋਲ ਕੀਤਾ। ਸਰ, ਇੱਕ ਚੀਜ਼ ਮੈਂ ਪੁੱਛਣਾ ਚਾਹੂੰਗਾ, ਇਹ ਅੱਜ ਕੱਲ੍ਹ ਸਮਾਂ ਹੈਗਾ ਜਿਹੜਾ ਕਈ ਵਾਰੀ ਸਿਸਟਮ ਦੇ ਵਿੱਚ ਨਾ ਸਿਮ ਪਾ ਦਿੱਤਾ ਜਾਂਦਾ ਹੈਗਾ, ਉਹ ਸਿਮ ਨਾਲ ਵੀ ਕੰਟਰੋਲ ਪੈਨਲ ਜਿਹੜਾ ਹੈਗਾ ਹੱਥ 'ਚ ਆ ਜਾਂਦਾ ਐਂਡਰੋਇਡ ਸਿਸਟਮ ਦੇ ਨਾਲ, ਉਹ ਕੀ ਹੈਗਾ? ਉਹ GPRS ਸਿਸਟਮ ਅਸੀਂ ਮਤਲਬ ਇੰਸਟਾਲ ਕਰਦੇ ਹਾਂ, ਮਤਲਬ ਮਸ਼ੀਨਾਂ ਜਿੱਦਾਂ ਫੋਰ ਇਗਜ਼ਾਮਪਲ ਸਾਡੇ ਕੋਈ OEM ਹੁੰਦੇ ਨੇ, ਉਹ ਸਾਰੀ ਆਲ ਓਵਰ ਇੰਡੀਆ ਉਹਨਾਂ ਨੇ ਜਾਂ ਆਊਟ ਆਫ ਇੰਡੀਆ ਵੀ ਸਪਲਾਈ ਕੀਤੀਆਂ ਮਸ਼ੀਨਸ, ਅਤੇ ਯੂਨੀਫਾਈਡ ਕੰਟਰੋਲ ਸੈਂਟਰ ਬਣਾ ਦਿੰਦੇ, ਉਹਨਾਂ ਵਿੱਚ ਸਿਮ ਪਾ ਦਿੰਦੇ, ਉੱਥੋਂ ਸਾਰਾ ਡਾਟਾ ਅਸੈਸ ਕਰਕੇ ਸੈਂਟਰਲ ਮੀਟਿੰਗ ਸਿਸਟਮ ਸਕਾਡਾ ਸਿਸਟਮ ਦੇ ਉੱਤੇ ਲੈ ਕੇ ਆ ਸਕਦੇ ਹਾਂ। ਮਤਲਬ ਕਿ ਸਿੱਧੇ ਤੌਰ 'ਤੇ ਕਹਿ ਰਹੇ ਹਾਂ ਮੇਕ ਇਨ ਇੰਡੀਆ ਅਤੇ ਮੇਡ ਇਨ ਇੰਡੀਆ, ਹੁਣ ਇੰਡੀਆ ਦੇ ਵਿੱਚ ਸਭ ਕੁਝ ਹੈਗਾ, ਕਿਤੇ ਬਾਹਰ ਜਾਣ ਦੀ ਲੋੜ ਨਹੀਂ, ਕਿਤੇ ਜਾਣ ਦੀ ਲੋੜ ਨਹੀਂ, ਔਰ ਮਤਲਬ ਇੱਥੇ ਬੈਠੇ ਹੋ ਤੁਸੀਂ ਆਪਣੇ ਕਸਟਮਰਸ ਦੀ ਪ੍ਰੋਬਲਮ ਵੀ ਐਡਰੈਸ ਕਰ ਸਕਦੇ ਹੋ, ਇੱਥੇ ਬੈਠੇ ਬੈਠੇ ਉਹਨਾਂ ਨੂੰ ਸਲੂਸ਼ਨ ਪ੍ਰੋਵਾਈਡ ਕਰ ਸਕਦੇ ਹੋ। ਸੋ ਤੁਹਾਨੂੰ ਬਹੁਤ ਹੀ ਵਧੀਆ ਇਹਨਾਂ ਨੇ ਦੱਸਿਆ, ਜੈ ਨੈਬ ਜੀ ਨੇ, ਇਹ ਇਹਨਾਂ ਦੀ ਆਪਣੀ ਕੰਪਨੀ ਹੈਗੀ ਹੈ ਮੇਕ ਇਨ ਇੰਡੀਆ ਅਤੇ ਮੇਡ ਇਨ ਇੰਡੀਆ ਪ੍ਰੋਡਕਟ, ਜਿਹੜਾ ਨਰਿੰਦਰ ਮੋਦੀ ਜੀ ਦਾ ਇੱਕ ਸੁਪਨਾ ਸੀਗਾ ਉਹਨੂੰ ਸਾਕਾਰ ਕਰਨ ਵਾਸਤੇ ਪੂਰੇ ਦੇਸ਼ ਵਾਸੀ ਜਿਹੜੇ ਇੱਕਜੁੱਟ ਹੋਣ ਦੇ ਨਜ਼ਰ ਆ ਰਹੇ ਨੇ। ਤੁਸੀਂ ਦੇਖਦੇ ਰਹੋ P24 ਨਿਊਜ਼।